Hello everyone welcome to Stray Shortcut here study becomes easier tappa pon chukke hai Punjabi University Patiala di official website te ajj ape video jedi hai degree sheets bare bahut sare comments aare se ki ma'am PG courses de degree sheet bare dasso PGDC de degree sheet taude bare dasso te plus BA de degree sheet bare dasso ta finally sab di jedi queries ha oh de answers jade mil jaan ge sari queries de answers milan ke sare doubts jade khatam hon ge apan nu kalli kalli thonu degree sheet jedi hai oh dikhaun laggeya te university ne bahut sari degrees jadian ne oh announce kar ditiyan ne ਅਬਰ ਦੇਸ਼ਿਤ ਵਾਲੇ ਕਾਲਮ ਤੇ ਚੱਲਦੇ ਆਂ ਤੇ ਇਹ ਦੇਖੋ ਇਹ ਰਹੀਆਂ ਜਿਹੜੀਆਂ ਡੇਟਸ਼ੀਟ ਹੈ ਮੈਂ ਥੋੜਾ ਤੋਂ ਆਪਾਂ ਨੇ ਓਪਨ ਕਰ ਦਿੱਤੀਆਂ 4 ਫਰਵਰੀ ਯਾਨੀ ਕਿ ਹੁਣੇ-ਹੁਣੇ ਡੇਟਸ਼ੀਟ ਜਿਹੜੀਆਂ ਨੇ ਅਪਲੋਡ ਕੀਤੀਆਂ ਗਈਆਂ ਨੇ ਆਪਾਂ ਤੁਹਾਨੂੰ ਦੱਸ ਦਿਆਂ ਦੇਖੋ ਮਾਸਟਰ ਆਫ ਲਾਇਬ੍ਰੇਰੀ ਐਂਡ ਇਨਫੋਰਮੇਟਿਵ ਸਾਇੰਸ ਉਸ ਤੋਂ ਪਹਿਲਾਂ ਬੀਕੋਮ ਦੀ ਪਈ ਹੈ ਉਸ ਤੋਂ ਬਾਅਦ ਬੀ ਟੈਕ ਦੀਆਂ ਪਈਆਂ ਤੇ ਮੈਂ ਤੁਹਾਨੂੰ ਜਿਹੜੀ ਦਿਖਾਉਣ ਲੱਗੀਆਂ ਥੈਟ ਇਜ਼ ਐਮ ਟੈਕ ਤਾਂ ਜਿਹੜੇ ਬਹੁਤ سارے ਕਮੈਂਟਸ ਆਦੇ ਕਿ ਸੀਗੇ ਕਿ मैम ਮਾਸਟਰਸ ਦੇ ਦੱਸੋ ਕਦੋਂ ਆਉਣਗੇ ਸੈਮੈਸਟਰ 1 ਦੀਆਂ ਸਪੈਸ਼ਲੀ ਕਿ ਮਾਸਟਰਸ ਦੇ ਸੈਮੈਸਟਰ 1 ਦੀਆਂ ਰੈਸ਼ਿਟ ਜਿਹੜੀਆਂ ਨੇ ਉਹ ਕਦੋਂ ਸ਼ੁਰੂ ਹੋਣਗੇ ਪੇਪਰ ਤਾਂ ਫਾਈਨਲੀ ਜਿਹੜੇ ਮਾਸਟਰ ਯਾਨੀ ਕਿ ਆਪਾਂ ਕਹਿੰਦੇ ਨੇ ਪੀਜੀ ਕੋਰਸਿਸ ਦੇ ਜਿਹੜੇ ਰੈਸ਼ਿਟਸ ਹੈ ਸੈਮੈਸਟਰ 1 ਦੀਆਂ ਜਿਹੜੀਆਂ ਰੈਸ਼ਿਟਸ ਹੈ ਉਹ ਅਪਲੋਡ ਹੋਣੇ ਸ਼ੁਰੂ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਕੋਈ ਇੱਕ ਕੋਰਸ ਜਿਹੜਾ ਆਪਾਂ ਓਪਨ ਕਰਕੇ ਤੁਹਾਨੂੰ ਦਿਖਾ ਦਿੰ ਆਪਾਂ ਇੱਕ ਇਹਨੂੰ ਓਪਨ ਕਰ ਲੈਂਦੇ ਆ ਵੈਸੇ ਵੈਸੋ ਹੋਰ ਵੀ ਬਹੁਤ ਸਾਰੇ ਕੋਰਸਿਸ ਦੀ ਜਿਹੜੀ ਹੈਗੇ ਡੇਟ ਸ਼ੀਟ ਓਪਨ ਫਰਸਟ semesters ਦੀ ਆ ਚੁੱਕੀਆਂ ਪੀਜੀ ਕੋਰਸਿਸ ਦੀਆਂ ਪਰ ਆਪਾਂ ਇੱਕ ਓਪਨ ਕਰ ਲਈਏ ਉਹ ਕਿਹੜੀ ਹੈ ਐਮਟੈਕ ਮੈਕੈਨੀਕਲ ਇੰਜੀਨੀਅਰਿੰਗ semesters 1 ਐਂਡ 3 ਸਮ ਰੀਪੀਅਰ ਐਗਜ਼ਾਮੀਨੇਸ਼ਨ ਕਮੈਂਸਿੰਗ ਫਰੋਮ 17 ਫੈਬ 2021 ਤਾਂ ਇੱਥੇ ਦੇਖੋ ਸਾਫ਼ ਲਿਖਿਆ ਹੈ ਕਿ semesters 1 ਦੇ ਰੀਪੀਅਰ ਦੀ ਹੈਗੀ ਹੈ ਰੀਪੀਅਰ ਐਗਜ਼ਾਮਸ ਫੋਰ ਰੈਗੂਲਰ ਐਂਡ ਪਾਰਟ ਟਾਈਮ ਦੀ ਜਿਹੜੀ ਡੇਟ ਸ਼ੀਟਾਂ ਅਨਾਉਂਸ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਜਿਹੜੀ ਹੈ 17 ਫਰਵ ਤੋ ਸੈਸ਼ਨ ਇਹਨਾਂ ਦਾ 2 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸੈਸ਼ਨ ਰੱਖਿਆ ਗਿਆ ਤੇ 17 ਫਰਵਰੀ ਤੋਂ ਜਿਹੜੇ ਹੈਗੇ ਇਹਨਾਂ ਦੇ ਪੇਪਰ ਜਿਹੜੇ ਆ ਉਹ ਸ਼ੁਰੂ ਹੋ ਰਹੇ ਆ ਔਨਲਾਈਨ ਮੈਥਡ ਨਾਲ ਹੋਣਗੇ ਰਿਟਨ ਐਗਜ਼ਾਮਸ ਜਿਹੜੇ ਆ ਸਮੈਸਟਰ 1 ਤੇ ਸਮੈਸਟਰ 3 ਸਮੈਸਟਰ 1 ਦੇ 18 ਤੋਂ ਤੇ ਸਮੈਸਟਰ 3 ਦੇ ਦੇ 17 ਫਰਵਰੀ ਤੋਂ ਤੇ ਇਹ ਹੀ ਹੈਗੇ ਡੈਸ਼ ਸ਼ੀਟ ਉਸ ਤੋਂ ਬਾਅਦ ਹਾਂਜੀ ਇੱਥੇ ਦੇਖੋ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸ ਇਨ ਯੋਗਾ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਊਮਨ ਐਂਡ ਚਾਈਲਡ ਡਿਵੈਲਪਮੈਂਟ ਸਮੈਸਟਰ 1 ਪੋਸਟ ਗ੍ਰੈਜੂਏਟ ਡਿਪਲੋਮਾ ਇਨ ਹ ਹਾਂਜੀ ਥੋੜੇ ਸਾਹਮਣੇ ਜਿਹੜੇ ਆ ਓਪਨ ਹੈਗੇ ਰੀਪੇਅਰ ਅਤੇ ਸਪੈਸ਼ਲ ਚਾਂਸ ਵਿਦਿਆਰਥੀ ਲਈ ਯਾਨੀ ਕਿ ਸੈਮੈਸਟਰ 1 ਦੇ ਜਿਹੜੇ ਰੀਪੇਅਰ ਹੈਗੇ ਆ ਪੋਸਟ ਗ੍ਰੈਜੂਏਸ਼ਨ ਕੋਰਸੇ ਰੀਪੇਅਰ ਫਰ ਸੈਮੈਸਟਰ ਅਤੇ ਓਨਗoing ਕਲਾਸਿਸ ਦੇ ਜਿੰਨੇ ਵੀ ਸੈਮੈਸਟਰ ਦੇ ਰੀਪੇਅਰ ਦੇ ਹੈਗੇ ਆ ਉਹ ਜਿਹੜੇ ਡੇਟਸ਼ੀਟਸ ਅਨਾਉਂਸ ਹੋ ਚੁੱਕੀਆਂ ਨੇ ਸਪੈਸ਼ਲੀ ਆਪਾਂ ਜਿਹੜੀ ਡੇਟਸ਼ੀਟ ਇੱਥੇ ਓਪਨ ਕੀਤੀ ਆ ਉਹ ਹੈਗੀ ਆ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਹਿਊਮਨ ਰਿਸੋਰਸੇਸ ਐਂਡ ਡਿਊਟੀ ਸੈਮੈਸਟਰ ਪਹਿਲਾ ਦੀ ਇਹ ਡੇਟਸ਼ੀਟ ਹੈਗੀ ਆ ਰੀਪੇਅਰ ਵਾਲੇ ਵਿਦ ਉਸ ਤੋਂ ਬਾਅਦ ਆਪਾਂ ਹੋਰ ਗੱਲ ਕਰ ਲੈਨੇ ਆ ਦੇਖੋ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਲੀਡਰਸ਼ਿਪ ਐਂਡ ਗਵਰਨੈਂਸ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਉਸ ਤੋਂ ਬਾਅਦ ਐਮਏ ਟੀਵੀ ਐਂਡ ਫਿਲਮ ਪ੍ਰੋਡਕਸ਼ਨ ਸੈਮੈਸਟਰ 1 ਦੀ ਡੈੱਡਸ਼ੀਟ ਆ ਚੁੱਕੀ ਹੈ ਤਾਂ ਪੀਜੀ ਕੋਰਸੇ ਸੈਮੈਸਟਰ 1 ਦੀਆਂ ਜਿਹੜੀਆਂ ਰੀਪੇਅਰ ਦੀ ਡੈੱਡਸ਼ੀਟ ਸੀ ਬਹੁਤ ਕੁਐਸਚਨਸ ਆ ਰਹੇ ਸੀ ਕਿ ਮੈਂ ਕਦੋਂ ਹੋਣਗੇ ਕਦੋਂ ਹੋਣਗੇ ਤਾਂ ਉਹਨਾਂ ਦੀ ਡੈੱਡਸ਼ੀਟ ਜਿਹੜੀ ਅਨਾਉਂਸ ਹੋ ਚੁੱਕੀ ਹੈ ਐਮਏ ਹਿਊਮਨ ਰਾਈਟਸ ਸੈਮੈਸਟਰ 1 ਦੀ ਦੇਖੋ ਮੈਮਕਮ ਦੀ ਜਿਹੜੀ ਤੁਹਾਡੇ ਸਾਹਮਣੇ ਰੀਪੇਅਰ ਫਸਟ ਸੈਮੈਸਟਰ ਰੀਪੇਅਰ ਦੀ ਜਿਹੜੀ ਹੈਗੀ ਹੈ 10 ਫਰਵਰੀ ਤੋਂ ਪੇਪਰ ਸ਼ੁਰੂ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ 10 ਫਰਵਰੀ ਤੋਂ ਜਿਹੜਾ ਪੇਪਰ ਹੈ ਉਹ ਰੱਖਿਆ ਗਿਆ ਹੈ ਤੇ ਹੁਣੇ ਜਲਦੀ ਹੀ ਇਹ ਪੇਪਰ ਜਿਹੜੇ ਆ ਸ਼ੁਰੂ ਹੋ ਜਾਣਗੇ 10 ਫਰਵਰੀ ਤੋਂ ਪਹਿਲਾ ਪੇਪਰ ਜਿਹੜਾ ਮੈਮਕਮ ਵਾਲੇ ਦਾ ਰੱਖਿਆ ਗਿਆ ਹੈ ਔਨਲਾਈਨ ਮੈਥਡ ਨਾਲ ਹੀ ਹੋਣਗੇ ਪੇਪਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਐਮਐਡ ਤੇ ਫਾਈਨਲੀ ਜਿਹੜੀ ਹੈ ਬੀਐਡ ਸੈਮੈਸਟਰ 1 ਦੀ ਜਿਹੜੀ ਡੇਟ ਸ਼ੀਟ ਆਪਾਂ ਇਸ ਨੂੰ ਓਪਨ ਕਰ ਲੈਨੇ ਆਂ ਸਭ ਤੋਂ ਵੱਧ ਜਿਹੜੇ ਕਮੈਂਟਸ ਆ ਰਹੇ ਸੀ ਉਹ ਬੀਐਡ ਦੇ ਰਿਲੇਟਡ ਆ ਰਹੇ ਸੀ ਕਿ ਮੈਮ ਬੀਐਡ ਫਾਰ ਸੈਮੈਸਟਰ ਦਾ ਜਿਹੜੇ ਹੈਗੇ ਉਹਨਾਂ ਦੇ ਬਾਰੇ ਦੱਸੋ ਤਾਂ ਰੈਗੂਲਰ ਤੇ ਡਿਸਟੈਂਸ ਐਜੂਕੇਸ਼ਨ ਦੇ ਰੀਪੇਅਰ ਤੇ ਸਪੈਸ਼ਲ ਚਾਂਸ ਵਿਦਿਆਰਥੀ ਲਈ ਤਾਂ ਦੇਖੋ ਇੱਥੇ ਮੈਂਸ਼ਨ ਹੈ ਆਤੀ ਜ਼ੋਰੇ ਲਿਖੀ ਹੋਈ ਹੈ ਰੈਗੂਲਰ ਅਤੇ ਡਿਸਟੈਂਸ ਐਜੂਕੇਸ਼ਨ ਦੇ ਰੀਪੇਅਰ ਅਤੇ ਸਪੈਸ਼ਲ ਚਾਂਸ ਵਿਦਿਆਰਥੀ ਲਈ ਸੈਮੈਸਟਰ ਪਹਿਲਾ ਬੀਐਡ 2 ਇਅਰ ਕੋਰਸ ਦੇ ਜਿਹੜੀ ਡੇਸ਼ੀਟ ਅਨਾਉਂਸ ਹੋ ਚੁੱਕੀ ਹੈ 15 ਫਰਵਰੀ ਤੋਂ ਇਹਨਾਂ ਦੇ ਪੇਪਰ ਹੈ 15 ਫਰਵਰੀ ਤੋਂ ਇੱਥੇ ਪੇਪਰ ਜਿਹੜੇ ਸ਼ੁਰੂ ਹੋ ਰਹੇ ਹਨ 9:30 ਤੋਂ ਸਵੇਰੇ ਸਾਡੇ 9:30 ਤੋਂ 1:00 ਵਜੇ ਤੱਕ ਦਾ ਜਿਹੜਾ ਇੱਥੇ ਨਾਲ ਸੈਸ਼ਨ ਜਿਹੜਾ ਰਹੇਗਾ ਤੇ ਔਨਲਾਈਨ ਮੈਥਡ ਜਿਹੜਾ ਹੈ ਔਨਲਾਈਨ ਮੈਥਡ ਯਾਨੀ ਕਿ ਬਲੈਂਡਡ ਫਾਰਮ ਦੇ ਵਿੱਚ ਹੀ ਇਹਨਾਂ ਦੇ ਜਿਹੜੇ ਪੇਪਰ ਹੋ ਰਹੇ ਹਨ ਤੇ ਬੀਆਰਡੀ ਜਿਹੜੀ ਆ ਚੁੱਕੀ ਹੈ ਬਹੁਤ ਟਾਈਮ ਤੋਂ ਵੇਟ ਚੱਲ ਰਿਹਾ ਸੀ ਬੀਆਰਡੀ ਡੇਸ਼ੀਟ ਕਦੋਂ ਆਏਗੀ ਤਾਂ ਫਾਈਨਲੀ ਅਨਾਉਂਸ ਹੋ ਚੁੱਕੀ ਹੈ ਜੀ ਉਸ ਤੋਂ ਬਾਅਦ PGDC ਦੇ ਵੀ ਬਹੁਤ سارے ਕੁਐਸਚਨਸ ਆਏ ਸੀ ਕਿ मैम PGDC ਦੇ ਜਿਹੜੀ ਡੇਟਸ਼ੀਟ ਆ ਕਦੋਂ ਆਏਗੀ ਤਾਂ ਫਾਈਨਲੀ ਉਹ ਵੀ ਜਿਹੜੀ ਅਨਾਉਂਸ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ MSC ऑनर्स बॉਟਨੀ ਮਾਸਟਰਸ ਆਫ ਸਟੈਟਿਸਟਿਕਸ ਤਾਂ ਸਾਰੀਆਂ ਹੀ ਜਿਹੜੀਆਂ ਇੱਥੇ MSC ਦੇ ਰਿਲੇਟਡ MTech ਦੇ ਰਿਲੇਟਡ ਜਿਹੜੀਆਂ ਡੇਟਸ਼ੀਟਸ ਆ ਉਹ ਅਨਾਉਂਸ ਹੋ ਚੁੱਕੀਆਂ ਨੇ ਉਸ ਤੋਂ ਬਾਅਦ LLM 2 ਇਅਰਸ ਕੋਰਸ ਸੈਮੈਸਟਰ 1 ਦੀ ਡੈੱਟ ਸ਼ੀਟ ਆ ਚੁੱਕੀ ਹੈ ਐਮਐਸਸੀ ਦੇ ਜਿਹੜੇ ਹੋਰ ਸਬਜੈਕਟਸ ਹਨ ਉਹਨਾਂ ਦੀ ਵੀ ਡੈੱਟ ਜਿਹੜੀ ਇੱਥੇ ਅਨਾਉਂਸ ਹੋ ਚੁੱਕੀ ਹੈ ਬੈਚਲੋਰ ਫਾਰਮੇਸੀ ਜਿਹੜੀ ਹੈਗੀ ਉਹਦੇ ਡੈੱਟ ਸ਼ੀਟ ਅਨਾਉਂਸ ਹੋ ਚੁੱਕੀ ਹੈ ਐਮਐਸਸੀ ਐਗਰੀਕਲਚਰ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ نیچے ਜਿਹੜਾ ਹੈ ਇੱਥੇ ਤੱਕ ਤਾਂ ਸਾਰੀਆਂ ਡੈੱਟ ਸ਼ੀਟਸ ਜਿਹੜੀਆਂ ਨੇ ਇਹ ਬੀਪੀਏਟ ਤੱਕ ਸਾਰੀਆਂ ਡੈੱਟ ਜਿਹੜੀਆਂ ਅੱਜ ਕਾਫੀ ਸਾਰੀਆਂ ਅਨਾਉਂਸ ਹੋਈਆਂ ਨੇ ਟਮਾਸਟਰਜ਼ ਦੀ ਫਸਟ ਸੈਮੈਸਟਰ ਦੀ ਰੀਪੇਅਰ ਦੀ ਜਿਹੜੀ ਡੈਸ਼ੀਟ ਆ ਉਹ ਵੀ ਅਨਾਉਂਸ ਹੋ ਚੁੱਕੀ ਹੈ ਬੀਏ ਦੇ ਸੈਮੈਸਟਰ 1 ਦੀ ਜਿਹੜੀ ਸ਼ੀਟ ਅਨਾਉਂਸ ਹੋ ਚੁੱਕੀ ਹੈ ਪੀਜੀਡੀਸੀ ਦੀ ਜਿਹੜੀ ਡੈਸ਼ੀਟ ਆ ਉਹ ਅਨਾਉਂਸ ਹੋ ਚੁੱਕੀ ਹੈ ਜਿੰਨਾਂ ਦੇ ਸਭ ਤੋਂ ਵੱਧ ਮੈਨੂੰ ਕਮੈਂਟਸ ਆ ਰਹੇ ਸੀ ਕਿ ਮੈਮ ਦੱਸੋ ਕਦੋਂ ਆਉਣਗੇ ਤਾਂ ਫਾਈਨਲੀ ਉਹ ਆ ਚੁੱਕੀਆਂ ਨੇ ਮਾਸਟਰਜ਼ ਯਾਨੀ ਕਿ ਪੀਜੀ ਕੋਰਸੇਜ਼ ਦੇ ਸੈਮੈਸਟਰ 1 ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਰੀਪੇਅਰ ਦੀ ਜਿਹੜੀ ਡੈਸ਼ੀਟਸ ਨੇ ਉਹ ਅਨਾਉਂਸ ਹੋ ਚੁੱਕੀਆਂ ਨੇ ਤੇ 10 ਫਰਵਰੀ ਤੋਂ ਵੀ ਆਪਾਂ ਇੱਕ ਦੇਖਿਆ ਇੱਕ ਪੇਪਰ ਹੈ ਹੈਗੇ ਐ ਵੈਸੇ ਤਾਂ 15 ਫਰਵਰੀ ਤੋਂ ਸਾਰੇ ਸ਼ੁਰੂ ਹੋ ਹੀ ਰਹੇ ਆ ਬਾਕੀ ਕੋਈ ਪੇਪਰ ਐਸਾ ਹੈ ਕਿਸੇ ਦਾ ਪਹਿਲਾਂ ਵੀ ਹੋ ਸਕਦਾ ਹੈ ਜਿਵੇਂ ਆਪਾਂ ਹੈਮਕੋਮ ਤਾਂ ਦੇਖਿਆ 10 ਫਰਵਰੀ ਤੋਂ ਪੇਪਰ ਸ਼ੁਰੂ ਹੋ ਰਿਹਾ ਉਹਨਾਂ ਦਾ ਪਹਿਲਾ ਤਾਂ ਆਪਣੀ ਪਰਟੀਕੂਲਰ ਜਿਹੜਾ ਵੀ ਤੁਸੀਂ ਕੋਰਸ ਕਰ ਰਹੇ ਹੋ ਉਹਦੀ ਜਾ ਕੇ ਜੇਸ਼ਡ ਦੇਖੋ ਤੇ ਦੇਖੋ ਕਦੋਂ ਉਹਨਾਂ ਦੇ ਪੇਪਰ ਸ਼ੁਰੂ ਹੈ ਜ਼ਿਆਦਾ ਟਾਈਮ ਨਹੀਂ ਦਿੱਤਾ ਗਿਆ ਬਹੁਤ ਹੀ ਘੱਟ ਸਮੇਂ ਪਹਿਲਾਂ ਜਿਹੜੀ ਇਹ ਜੇਸ਼ਡ ਅਨਾਉਂਸ ਕੀਤੀ ਗਈ ਹੈ ਤਾਂ ਇਸ ਦੇ ਐਗਜ਼ਾਮ ਜਿਹੜੇ ਆਨਲਾਈਨ ਵੀ ਨਾਲ ਹੋਣਗੇ ਤਾਂ ਉਹਦੇ ਰਿਲੇਟਿਡ ਜਿਹੜੀ ਵੀ ਤਿਆਰੀਆਂ ਤੁਹਾਨੂੰ ਪਹਿਲਾਂ ਕਰਨੀਆਂ ਹੁੰਦੀ ਸੇਮ ਰਹਿਣ ਗਿਆ ਜੋ ਇਨਸਟਰਕਸ਼ਨਸ ਆਲਰੇਡੀ ਅਨਾਉਂਸ ਕਰ ਦਿੱਤੀਆਂ ਗਿਆ ਸੀ ਉਹ ਸਾਰੀ ਇਨਸਟਰਕਸ਼ਨਸ ਤੁਹਾਡੇ ਲਈ ਵੀ ਰਹਿਣ ਗਿਆ ਪਲੱਸ ਜਿਹੜੇ ਸ਼ੀਟਸ ਨੇ ਉਹ ਕਿੱਥੋਂ ਡਾਊਨਲੋਡ ਕਰੋਗੇ ਉਹਦਾ ਪਹਿਲਾ ਫਾਰਮੈਟ ਜਿਹੜਾ ਫਰਸਟ ਪੇਜ ਦਾ ਕਿਦਾਂ ਦਾ ਹੋਏਗਾ ਤੋਂ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪ੍ਰੋਵਾਈਡ ਕਰ ਰਹੀ ਹਾਂ ਤੁਸੀਂ ਇਸ ਲਿੰਕ ਤੇ ਜਾ ਕੇ ਜਿਹੜਾ ਕਲਿੱਕ ਕਰ ਸਕਦੇ ਹੋ ਤੇ ਉੱਥੋਂ ਆਪਣੀ ਜਿਹੜੀ ਸ਼ੀਟਸ ਆ ਉਹ ਪ੍ਰਿੰਟ ਆਊਟ ਕਢਵਾ ਸਕਦੇ ਹੋ ਉਹ ਸ਼ੀਟਸ ਤੁਹਾਨੂੰ ਐਜ਼ ਇਟ ਇਜ਼ ਮਿਲਣ ਗਿਆ ਜਿਵੇਂ ਤੁਹਾਨੂੰ ਆਪਣੇ ਐਗਜ਼ਾਮ ਦੇ ਵਿੱਚ ਜਿਹੜੇ ਯੂਜ਼ ਕਰਨੀਆਂ ਪਹਿਲੇ ਪੇਜ ਤੇ ਸਭ ਚੀਜ਼ ਤੁਹਾਨੂੰ ਪ੍ਰਿੰਟਡ ਮਿਲੇਗੀ ਤੁਹਾਨੂੰ ਉਸ ਦੇ ਵਿੱਚ ਸਿਰਫ ਕਰਨਾ ਹੈ ਉਹ ਵੀ ਤੁਹਾਨੂੰ ਉਸ ਇਨਾਂ ਸ਼ੀਟਸ ਦੇ ਵਿੱਚ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਲਾਤੀ ਵਿੱਚ ਬਸ ਤੁਹਾਨੂੰ ਆਪਣਾ ਸਿਗਨੇਚਰ ਕਰਨਾ ਹੈ ਡਿਡਲਾਈਨ ਲਿਖਣੀ ਹੈ ਉਹ ਵੀ ਤੁਹਾਨੂੰ ਇਨਾਂ ਸ਼ੀਟਸ ਦੇ ਵਿੱਚ ਲਿਖੀ ਹੋਈ ਮਿਲੇਗੀ ਬਾਕੀ ਇਨਸਟਰਕਸ਼ਨ ਸੇਮ ਰਹਿਣਗੇ ਅਗਰ ਫੇਰ ਵੀ ਤੁਹਾਨੂੰ ਇਨਸਟਰਕਸ਼ਨ ਰਿਲੇਟਡ ਕੋਈ ਪ੍ਰੋਬਲਮ ਹੈ ਤਾਂ ਉਹ ਵੀ ਆਪਣੀ ਚੈਨਲ ਤੇ ਵੀਡੀਓ ਬਣੀ ਹੋਈ ਹੈ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਫਿਰ ਤੁਹਾਨੂੰ ਕੋਈ ਹੋਰ ਜਿਹੜੀ ਇਸ ਦੇ ਰਿਲੇਟਡ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਇਨਸਟਰਕਸ਼ਨ ਦੇ ਰਿਲੇਟਡ ਆਉਂਦੇ ਆ ਜਾਂ ਆਪਣੇ ਅਨਸਰ ਸ਼ੀਟਸ ਕਿੱਦਾਂ ਸਬਮਿਟ ਕਰਨੀਆਂ ਤਾਂ ਉਹਦੀ ਵੀਡੀਓ ਵੀ ਸਾਰੀ ਡਿਟੇਲਡ ਵੀਡੀਓ ਜਿਹੜੀ ਆ ਬਣੀ ਹੋਈ ਹੈ ਚੈਨਲ ਤੇ ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜੇਗਾ ਰਜਿਸਟਰਡ ਪੋਸਟ ਕਿੱਦਾਂ ਕਰਨੀਆਂ ਪ੍ਰਾਈਵੇਟ ਵਾਲਿਆਂ ਨੇ ਉਸ ਦੀ ਵੀ ਅਲੱਗ ਵੀਡੀਓ ਬਣਾਈ ਹੋਈ ਹੈ ਉਹ ਵੀ ਤੁਹਾਨੂੰ ਉਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜੇਗਾ ਬਾਕੀ ਫਿਰ ਵੀ ਤੁਹਾਡੀ ਕੋਈ ਕੁਐਰੀ ਰਹਿ ਜਾਂਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਟੀਸੀ ਦੀ ਇਨਫੋਰਮੇਸ਼ਨ ਸ਼ੀਟ ਪੀਜੀ ਕੋਰਸਸ ਦੀ ਸੈਮੈਸਟਰ 1 ਦੀ ਰਿਪੇਅਰ ਦੀ ਡੇਟਸ਼ੀਟਸ ਅਨਾਉਂਸ ਹੋ ਚੁੱਕੀ ਹੈ ਬੀਐਡ ਸੈਮੈਸਟਰ 1 ਦੀ ਜਿਹੜੀ ਹੈਗੀ ਹੈ ਰਿਪੇਅਰ ਦੀ ਡੇਟਸ਼ੀਟ ਆ ਚੁੱਕੀ ਹੈ ਐਂਡ ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਪੀਜੀ ਡੀਸੀ ਜਿਹੜਾ ਕੋਰਸ ਹੈ ਉਸ ਦੀ ਵੀ ਡੇਟਸ਼ੀਟ ਜਿਹੜੀਆਂ ਆ ਚੁੱਕੀਆਂ ਨੇ ਤੇ ਆਈ ਹੋਪ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਏਗੀ ਪਲੀਸ ਇਸ ਨੂੰ ਲਾਈਕ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸਿਰ ਮਿਲ ਜਾਏਗੀ ਫੇਸਬੁੱਕ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਥੈਂਕ ਯੂ